वेलकम टू अनदर व्लॉग। और ये देखिएगा, अच्छा जी, ये एक्सप्रेसवे के ऊपर एक ओवरहेड ब्रिज है, तो मैंने दो एंगल दिखाने की कोशिश की है। देखें नीचे से एक मशीनी ट्रांसपोर्ट और ऊपर चलता हुआ इंसान। ये हमारा बस स्टॉप है, यहाँ पर हम खड़े होकर वेट करते हैं। इसी वेट के दौरान ਵਾੜੀ ਸਾਈਡ ਵਾਲੇ ਨੂੰ ਕੀ ਕਹਿੰਦੇ ਨੇ, ਜਿਹੜਾ ਕੀੜਾ ਸੀ ਦੇਖਿਆ ਨੂੰ ਕੀ ਕਹਿੰਦੇ, ਤੂੰ ਨਾ ਲੋ ਨਾ ਕੋਈ ਕੋਈ ਪਤਾ ਨਹੀਂ ਕਿਹੜਾ ਹੀ ਕਹਿੰਦੇ ਨੇ। ਘਾੜੀ ਸਾਈਡ ਵਾਲੇ ਨੂੰ ਲੱਗੀ ਕਹਿੰਦੇ ਨੇ, ਘਾੜੀ ਸਾਈਡ ਵਾਲੇ ਨੂੰ ਕੀ ਕਹਿੰਦੇ ਨੇ, ਭੰਗੂ ਕੁੱਤਾ ਭੰਗੂ ਕੁੱਤਾ ਬਣ ਗਿਆ ਬਣਾਈਏ। ਮੈਂ ਪਿਆ ਕਹਿੰਦਾ ਸੀ ਇਹਨੂੰ ਮਾਰ ਦੇਣਾ ਚਾਹੀਦਾ ਸਾਨੂੰ, ਇਹਨੂੰ ਮਾਰ ਦੇਣਾ ਚਾਹੀਦਾ ਕਿਉਂ, ਕਿਉਂਕਿ ਉਹ ਤਾਂ ਕਹਿੰਦੇ ਪਿੱਛੇ ਬੱਚੇ ਆ ਥੋੜ੍ਹੇ ਜਿਹੇ, ਬਿਜਲੀ ਦਾ ਬਿੱਲ ਕਿੱਦਾਂ ਆਇਆ ਹੈ, ਇਹ ਤਾਂ ਜਿਹਦਾ ਹੋਰ ਸਾਹਿਬ ਦਾ ਕਿਰਾਏ ਦਾ ਲੈਣ ਦੇਣ ਦੇਖੋ, ਉਹਨੂੰ ਨਹੀਂ ਮਾਰਨਾ, ਉਹਨੂੰ ਛੋੜ ਦੇਣਾ ਚਾਹੀਦਾ। ਠੀਕ ਹੈ, ਸਹੀ ਗੱਲ ਆ, ਬਿਲਕੁਲ। ਵਿਚਾਰਾ ਬਿਜਲੀ ਦਾ ਬਿੱਲ ਕਿੱਥੋਂ ਅਦਾ ਕਰੇਗਾ ਯਾਰ, ਕਿੱਧਰ ਗਿਆ।